ਪਾਣੀ, ਇੱਕ ਲੀਟਰ ਪਾਣੀ ਬੰਦਾ ਪੀ ਗਿਆ, ਬੱਚੇ ਪਿਛਾ ਆ ਜਾਓ, ਇਹ ਕੰਡ ਛਿੜਕਾ ਪਾਣੀ ਹੈ, ਫੇਰ ਚੱਕ ਕਰ ਹੈਗਾ ਪਾਣੀ, ਬੋਲਦੇ ਸਹੀ, ਵਾਪਸ ਲੈ ਲਈਏ ਗੋਟਿਆਂ ਨੇ ਖੰਘ ਮਾਰ ਹੈ। ਹਾਂਜੀ ਆਪੀ ਆ ਜਾਓ, ਫਿਰ ਖਿੱਚ ਕੇ ਖਾਂਸੀ ਕਰ, ਪਾਣੀ ਆਇਆ ਨਹੀਂ, ਬਾਬੂ ਲੋਟਾ ਪੁੱਠਾ ਕੇ ਸਿੱਧਾ ਪੁੱਠਾ, ਪਾਣੀ ਬੱਚੀ ਆਵਾਜ਼ ਦੇ ਉਹਦੀਆਂ ਨਾਸਾਂ ਚੋਂ ਆਵੇ ਕਿ ਮੂੰਹ ਚੋਂ, ਨਾਸਾਂ ਪਾੜੀਆਂ ਦੀਆਂ ਨੇ, ਮੂੰਹ ਚੋਂ ਪਾਣੀ ਵਾਂ ਆਇਆ ਯਾਰ, ਨੀਵਾਂ ਆਇਆ, ਚਲੋ ਸਾਰੇ ਪਹਿਲੀ ਵਧਾਰੀ ਲਾਈ ਸਿਰਫ ਰੋਟੀ ਕਰਕੇ ਅਸੀਂ, ਲੋ ਭਾਈ ਜਾਨ ਇਹ ਬੋਤਲਾਂ ਦਾ ਭੰਨਿਆ ਸ਼ੀਸ਼ਾ, ਗੌਰ ਕਰਨਾ ਬਈ, ਗੌਰ ਕਰਨਾ, ਈ ਤੱਕ ਬੱਚਾ ਕਿਹੜੀ ਦੁਕਾਨ ਤੇ ਜਾਵੇ ਨਾ ਪੂਰਾ ਸੌਦਾ ਨਹੀਂ ਲਿਆਉਂਦਾ, ਇਸ ਬੱਚੇ ਦੇ ਜਾਣ ਲੱਗਾ ਵਜ਼ਨ 10-12 ਕਿਲੋ, ਨਹੀਂ ਝੂਠੇ ਤੇ ਖੁਦਾ ਦੀ ਲਾਨਤ ਤੇ, ਸਰ ਇਹ ਬੱਚੇ ਤੇ ਜਾਣ ਲੱਗਾ ਤਕਰੀਬਨ 50-55 ਕਿਲੋ ਭਾਈ ਦਾ ਵਜ਼ਨ ਹੈ, ਇਹ ਸੀਨੇ ਦੇ ਵਜ਼ਨ ਜਾਵੇ ਕੰਡ ਚ ਸ਼ੀਸ਼ਾ ਵਿੱਚ ਜ਼ਿੰਦਗੀ ਤਬਾਹ ਮੌਤ, ਤੇ ਚੱਲ ਬੇਟਾ ਸ਼ਾਮ ਦਾ ਟਾਈਮ ਹੋਣ ਡਿਆ, ਪੁੱਤਰ ਤੇਰੀ ਰੋਟੀ ਦਾ ਹੱਕ ਕੌਣ ਦੇਗਾ, ਇੱਕ ਅੱਲਾ ਦੇ ਮੰਨਣ ਵਾਲਾ ਮੁਸਲਮਾਨ ਕਹਿਦਾ ਬੱਚੇ ਨੂੰ ਸਾਡੇ ਵੱਲ ਕਰ ਲੈ, ਬੇਟਾ 100, 50, 10, 20 ਇੱਕ ਟਾਈਮ ਦਾ ਰੋਟੀ ਦਾ ਲੰਗਰ ਤੈਨੂੰ ਮੈਂ ਬੁਲਾ ਕੇ ਦੇਣਾ, ਤੇ ਵੇਖਣਾ ਕਿਹੜਾ ਅੱਲਾ ਦੇ ਮੰਨਣ ਵਾਲਾ ਹੋਏਗਾ, ਤੇਰੀ ਰੋਟੀ ਦਾ ਹੱਕ ਦੇਗਾ, ਤਾੜੀ ਲਾਓ ਬੱਚੇ ਦਾ, ਪੁੱਤਰ ਬਸ ਸਮਲ ਬੇਟਾ ਪੈਰ ਨਹੀਂ ਲਾਉਣੇ, ਤਕਲੀਫ ਬੰਦ ਕਰ, ਪੁੱਤਰ ਉੱਠ, ਐ ਉੱਠ ਕੇ ਭਰੀ ਮਹਿਫਲ ਚ ਸਲਾਮ ਕਰਦੇ, ਵੇਖ ਪੁੱਤਰ ਕਿਹੜਾ ਬੱਚਿਆਂ ਵਾਲਾ ਔਲਾਦ ਵਾਲਾ ਤੇਰੀ ਰੋਟੀ ਰੋਜ਼ੀ ਦਾ ਹੱਕ ਦਿੰਦਾ, ਤੇ ਹੁਣ ਕਿਹੜਾ ਲੈ ਕੇ ਜਾਂਦਾ, ਵੇਖ ਇਹ ਕਿੰਨੇ ਸਾਰੇ ਲੋਕ ਖੜੇ ਸੀ,
ਅੱਧੇ ਦਾ ਵਿਆਸੀ ਭੱਜ ਗਿਆ ਨੇ ਜੀ ਮਦਾਰੀ ਤੋਂ ਪਹਿਲਾਂ ਹੀ ਨਹੀਂ। ਇਹ ਕਿਸੇ ਦੀ ਰੋਟੀ ਦਾ ਹੱਕ ਵੀ ਨਹੀਂ ਦੇਂਦੇ ਹੁੰਦੇ ਭਾਈਜਾਨ। ਭਾਈਜਾਨ ਕੋਈ 10-20 ਰੁਪਏ ਦੀ ਗੱਲ ਹੈ। ਬੱਚਾ ਫੈਸਲਾਬਾਦ ਤੋਂ ਆਇਆ, ਮੈਂ ਦੱਸਿਆ ਜੀ ਸ਼ਾਮ ਦੀ ਰੋਟੀ ਕਰਕੇ ਮਦਾਰੀ ਲਾਈ ਹੈ ਜੀ ਯਾਰ। ਤੇ ਵੇਖਣਾ ਇਹ ਪੁੱਤਰ ਅੱਗੇ ਵੀ ਚਲਾ ਜਾ ਤੇ ਗੌਰ ਕਰਨਾ ਜੀ ਪੁੱਤਰ ਬੱਚਿਆਂ ਦਾ, ਤੇਰੀ ਰੋਟੀ ਦਾ ਹੱਕ ਦੇਗਾ ਵਾਹ ਜੀ ਵਾਹ। ਤੇ ਬੇਟਾ ਉਹਨੇ ਕੀ ਦੇਣਾ ਜਿਹਨੇ ਆਪ ਹੀ ਕਿਸੇ ਤੋਂ ਖੋਹ ਕੇ ਖਾ ਜਾਣਾ। ਅੱਗੇ ਵੀ ਜਮੂਰ ਦੀਨਾ ਚਲਾ ਜਾ ਬਸ ਹਾਂ ਵੇ ਬੱਚੇ ਨੂੰ ਬਣਾ ਕਰ ਵੀ ਲੈ ਲਓ ਭਾਈ ਜਾਨ ਆ ਵੇਖ ਲਓ ਜੀ ਸੁੱਟ ਦਿਓ ਜੀ ਸੁੱਟ ਦਿਓ। ਲਓ ਬਾਬਾ ਜੀ ਗੌਰ ਕਰਨਾ ਇਹ ਜਿਹੜਾ ਸਾਪੇ ਨਾ ਬਾਬਾ ਜੀ ਗੁੱਗੇ ਪੀਰ ਦਾ ਸਾਪੇ ਜ਼ਹਿਰ ਤੋਂ ਬਗੈਰ ਸਾਪੇ ਨੀ ਜ਼ਹਿਰ ਤੋਂ ਬਗੈਰ ਇਹਦੇ ਮੂੰਹ ਚੱਲਾ ਪਾਕ ਨੇ ਭਾਈ ਜਾਨ ਜ਼ਹਿਰ ਨੀ ਪਾਇਆ ਹੱਲੇ ਬੱਚਾ ਹੈ। ਤਾਂ ਫਿਰ ਸਾਰੇ ਬੱਚਿਆਂ ਮਦਾਰੀ ਵੇਖ ਲਈਏ, ਸਾਰੇ ਬੱਚਿਆਂ ਆਪਣੇ ਘਰ ਜਾਣਾ, ਇੱਕ 10-20 ਰੁਪਏ ਲੰਗਰ ਲੈ ਕੇ ਆਉਣਾ ਗੁੱਗੇ ਪੀਰ ਦਾ। ਤੇ ਜਿਹੜਾ ਬੱਚਾ ਇੱਕ 10-20 ਰੁਪਏ ਲੰਗਰ ਦੇਗਾ ਸਭ ਬਾਬਾ ਜੀ ਨਾ ਕਦੀ ਖਾਪ ਜਾਵੇ, ਨਾ ਕਦੀ ਰਾਹ ਜਾਵੇ, ਨਾ ਕਦੀ ਡਰਾਵੇ। ਤੇ ਜਿਹੜੇ ਬੱਚੇ ਨੇ ਮਦਾਰੀ ਨੂੰ 10-20 ਰੁਪਏ ਲੰਗਰ ਨਾ ਦਿੱਤਾ ਉਹਨਾਂ ਵਿੱਚ ਝੋਲੇ ਵਾਲਾ ਉੱਡਣਾ ਸੱਪ ਨਹੀਂ ਵਿਖਾਉਣਾ ਹੈ। ਸਾਰੇ ਬੱਚੇ ਚਲੇ ਜਾਓ ਤੇ ਸਾਰੇ ਬੱਚਿਆਂ ਨੇ ਮਦਾਰੀ ਨੂੰ 10-10 ਰੁਪਈਏ ਲਿਆ ਕੇ ਦੇ ਰਹੇ ਨੇ, ਮੈਂ ਉੱਡਣਾ ਸੱਪ ਛੱਡਾਂ ਬਾਹਰ। ਤੇ ਜਿਹੜਾ ਬੱਚਾ 10 ਰੁਪਏ ਲੰਗਰ ਦੇਗਾ ਨਾ ਸੱਪ ਦਾ ਭਾਈ ਜੀ ਸੱਪ ਨਾ ਬਾਬਾ ਜੀ ਕਦੀ ਖਾਪ ਜਾਵੇ, ਨਾ ਕਦੀ ਰਾਹ ਜਾਵੇ ਤੇ ਨਾ ਕਦੀ ਡਰਾਵੇ। ਹੱਲੇ ਬੱਚਾ ਜੀ ਬੱਚਾ। ਤੇ ਜਿਹੜੇ ਬੱਚੇ ਨੇ ਮਦਾਰੀ ਨੂੰ 10 ਨਾ ਦਿੱਤੇ ਉਹਨਾਂ ਮੈਂ ਉੱਡਣਾ ਸੱਪ ਨਹੀਂ ਵਿਖਾਉਣਾ। ਤੇ ਜਿਹੜਾ ਬੱਚਾ ਨਾ ਗਿਆ ਉਹਦੇ ਮੈਂ ਗਲ 'ਚ ਸੱਪ ਪਾ ਦੇਣਾ। ਫੜੀ ਚਲੋ ਉੱਠੋ ਚਲੋ ਵੀ ਚਲੋ ਸਾਰੇ ਬੱਚੇ ਚਲੇ ਜਾਓ ਜਰਾ ਮਦਾਰੀ ਖਤਮ ਹੋ ਇਹਨਾਂ ਦੇ ਉੱਤੇ ਸੁੱਟ ਗਏ ਇਹਨਾਂ ਦੇ ਫੜੀ ਜਰਾ ਉਹਨਾਂ ਨੂੰ ਧਿਆਨ ਕਰੀ ਆਸਤੇ ਆ ਚਲੋ ਚਲੋ ਪਿੱਛਾ ਹੋ ਜਾ ਰਹਿਣ ਦੇ ਕਿਹੜਾ ਖਾਣ ਖਾਣ